ਵਾਰਡ ਨੰਬਰ 71 ਵਿੱਚ ਇਲਾਕਾ ਨਿਵਾਸੀਆ ਦੀ ਲੰਬੇ ਸਮੇਂ ਤੋਂ ਕਮਿਊਨਿਟੀ ਸੈਂਟਰ ਦੀ ਮੰਗ ਸੀ ਜਿਸ ਨੂੰ ਲੈ ਕੇ ਇਹ ਨਗਰ ਨਿਗਮ ਵੱਲੋਂ 1465 ਗਜ ਜਗ੍ਹਾ ਅਲਾਟ ਕੀਤੀ ਗਈ ਸੀ ਪਰ ਕੁਝ ਸ਼ਰਾਰਤੀ ਅੰਸਰਾ ਵੱਲੋਂ ਉਸ ਦੇ ਖਿਲਾਫ ਸੱਟੇ ਲਗਾ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਅਦਾਲਤ ਵਿੱਚ ਅਪੀਲ ਕੀਤੀ ਗਈ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਸਟੇ ਨੂੰ ਖਾਰਜ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਲਾਕਾ ਨਿਵਾਸੀਆ ਦੇ ਚਿਹਰੇ ਉੱਪਰ ਰੌਣਕਾਂ ਸੀ ਅਤੇ ਉਹਨਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ ਉਥੇ ਹੀ ਪਾਰਸ਼ਦਪਤੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਕਮਿਊਨਿਟੀ ਸੈਂਟਰ ਦੀ ਮੰਗ ਸੀ ਜਿਸ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਭਾਰਤ ਪੋਸ਼ਨ ਆਸ਼ੂ ਨਗਰ ਨਿਗਮ ਚੇਅਰਮੈਨ ਸੁਬਰਮਨਿਅਮ ਦੁਆਰਾ ਅਲਾਟਮੈਂਟ ਕੀਤੀ ਗਈ ਸੀ ਪਰ ਸ਼ਰਾਰਤੀ ਅਸਰਾਵਲ ਹੋਸਟਲ ਲਗਾਇਆ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਿਆਸਤ ਕਰਨ ਪਰ ਵਿਕਾਸ ਵਿੱਚ ਰੋੜਾ ਨਾ ਬਣਨ ਅਤੇ ਉੱਥੇ ਹੀ ਕਮੇਟੀ ਪ੍ਰਧਾਨ ਨੇ ਵੀ ਖੁਸ਼ੀ ਜਤਾਈ ਅਤੇ ਕਿਹਾ ਕਿ ਕੈਬਨਿਟ ਮੰਤਰੀ ਪਾਰਤਪੋਸ਼ਨ ਆਸ਼ੂ ਨਗਰ ਨਿਗਮ ਚੇਅਰਮੈਨ ਦੁਆਰਾ ਇਹ ਵਾਦਾ ਕੀਤਾ ਗਿਆ ਕਿ ਇੱਥੇ ਸਭ ਤੋਂ ਸੋਨਾ ਕਮਿਊਨਿਟੀ ਸੈਂਟਰ ਬਣਾਇਆ ਜਾਵੇਗਾ ਜਿਸ ਦੇ ਲਈ 50 ਤੋਂ 55 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ ਮੈਂ ਪਤੀ ਕਾਉਂਸਲਰ ਬਲਜਿੰਦਰ ਸਿੰਘ ਸੰਧੂ ਇਸ ਇਲਾਕੇ ਦੇ ਕਾਉਂਸਲਰ ਹਾਂ ਅੱਜ ਇਸੇ ਲੱਡੂ ਇਸ ਕਰਕੇ ਵੰਡੇ ਗਏ ਨੇ ਕਿਉਂਕਿ ਕੁਝ ਸਰਾਰਤੀ ਅੰਸਰਾਂ ਵੱਲੋਂ ਜੋ ਕਿ ਇਹ ਸਾਨੂੰ ਅਲਾਟਮੈਂਟ ਹੋਈ ਸੀ ਚੇਅਰਮੈਨ ਸਾਹਿਬ ਵੱਲੋਂ ਬਾਲਾ ਸੁਮਰਾਮਣੀ ਜੀ ਵੱਲੋਂ ਭਾਰਤ ਪੂਸ਼ਨਾਸ਼ੂ ਜੀ ਵੱਲੋਂ ਇੱਕ ਕਮਿਊਨਿਟੀ ਸੈਂਟਰ ਲਈ ਸਾਨੂੰ ਜਗ੍ਹਾ ਅਲਾਟ ਹੋਈ ਸੀ ਉਹਨਾਂ ਨੇ ਇਸ ਤੇ ਸਟੇਲ ਐ ਲੈ ਲਈ ਸੀ ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਗੱਲ ਸੀ ਕਿਉਂਕਿ ਅਗਰ ਕੋਈ ਕਮਿਊਨਿਟੀ ਸੈਂਟਰ ਏਰੀਆ ਦੇ ਅੰਦਰ ਬਣਦਾ ਹੋਇਆ ਤਾਂ ਉੱਥੇ ਬਹੁਤ ਇਨੋਸੈਂਸ ਕ੍ਰੀਏਟ ਹੁੰਦੀ ਹੈ ਉਹ ਠੀਕ ਨਹੀਂ ਹੈ ਜੇਕਰ ਉਹਨਾਂ ਨੇ ਸਿਆਸਤ ਇਹ ਕਰਨੀ ਹੈ ਸਿਆਸਤ ਜ਼ਰੂਰ ਕਰਨ ਪਰ ਸੌੜੀ ਸਿਆਸਤ ਨਾ ਕਰਨ ਮੈਂ ਇਹਨਾਂ ਕਹਿਣਾ ਕਿ ਇਹ ਸਭ ਤੋਂ ਵਧੀਆ ਜਗ੍ਹਾ ਹੈ ਤਿੰਨ ਤਿੰਨ ਸਾਈਡ ਉਸ ਦੀ ਓਪਨ ਹੈ ਪਾਰਕਿੰਗ ਫੈਸਿਲਿਟੀ ਹੈ ਔਰ ਕਿਸੇ ਆਲੇ-ਦਾਲੇ ਵਾਲੇ ਕੋਈ ਵੀ ਕਿਸੇ ਘਰ ਨੂੰ ਪ੍ਰੋਬਲਮ ਨਹੀਂ ਹੈ ਤੇ ਅੱਜ ਜਿਹੜੀ ਉਹ ਸਟੇ ਆਫਕੇਟ ਹੋ ਗਈ ਹੈ ਤੇ ਕੇਸ ਵੀ ਡਿਸਮਿਸ ਹੋ ਗਿਆ ਹੈ ਤੇ ਇਸ ਕੁਰਸੀ ਦੇ ਵਿੱਚ ਅੱਜ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੇ ਜਪਨਾਮ ਦੀ ਸਾਡੇ ਜੋ ਪ੍ਰਧਾਨ ਨੇ ਇਹ ਬਲੋਕ ਦੇ ਹੋਰ ਪ੍ਰਧਾਨ ਹਾਜ਼ਰ ਹੋਏ ਨੇ ਇਹਨਾਂ ਨੇ ਸਾਰਿਆਂ ਨੇ ਇਸ ਕੁਰਸੀ ਦੇ ਵਿੱਚ ਅੱਜ ਲੱਡੂ ਵੰਡੇ ਆ ਮੈਂ ਆਪਣੇ ਵੱਲੋਂ ਭਾਰਤ ਪੋਸ਼ਣ ਆਸ਼ੋਜੀ ਦਾ ਮਮਤਾ ਜੀ ਦਾ ਚੇਅਰਮੈਨ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਹਾਂ ਜੀ ਉਹ ਮਿਲ ਗਿਆ ਜੀ ਇੱਥੇ ਆਜੇ ਵੈਸੇ ਲਿਖਤੀ ਰੂਪ ਦੇ ਵਿੱਚ ਕੱਲ ਆਉਣਾ ਲੇਕਿਨ ਉਹਦੀ ਫੋਟੋ ਕਾਪੀ ਹੈਗੀ ਆ ਸਾਡੇ ਕੋਲ ਸਾਡੇ ਸੈਕਟਰੀ ਸਾਹਿਬ ਨੇ ਇੱਥੇ ਖੜੇ ਉਹਨਾਂ ਕੋਲ ਹੈਗੀ ਆ ਅਸੀਂ ਉਹ ਤੁਹਾਨੂੰ ਦਿਖਾ ਦਿੰਦੇ ਆ ਆਨਲਾਈਨ ਸਾਨੂੰ ਤੇ ਇੱਥੇ ਕਿਸ ਤਰ੍ਹਾਂ ਜਿਹੜਾ ਕੀ ਕੀ ਬਣਨਾ ਕਮਿਊਨਿਟੀ ਹਾਲ ਹੈ ਸਰ ਇਹ ਅਪਰੋਕਸੀਮੇਟਲੀ 1465 ਗੱਜਾ ਜੋ ਡ੍ਰੈਨਿੰਗ ਦੇ ਵਿੱਚ ਉਹ ਕੀਤੀ ਗਈ ਆ ਸੋ ਕਮਿਊਨਿਟੀ ਸੈਂਟਰ ਲਈ ਇਹ ਜਗ੍ਹਾ ਲਈ ਗਈ ਆ ਬੜੀ ਦੇਰ ਤੋਂ ਅਸੀਂ ਕਮਿਊਨਿਟੀ ਸੈਂਟਰ ਦੀ ਮੰਗ ਕਰ ਰਹੇ ਸੀ ਪਹਿਲਾਂ ਸਾਨੂੰ ਮਾਲੇ ਦੇ ਅੰਦਰ ਕਮਿਊਨਿਟੀ ਸੈਂਟਰ ਲਈ ਜਗ੍ਹਾ ਦੇ ਰਹੇ ਸੀ ਪਰ ਉਹ ਕੋਈ ਟੈਕਨੀਕਲ ਕਾਰਨਾ ਕਰਕੇ ਉਹ ਨਹੀਂ ਮਿਲ ਸਕੀ ਸੋ ਮਹੱਲੇ ਦੇ ਅੰਦਰ ਅਸੀਂ ਵੈਸੇ ਵੀ ਕਮਿਊਨਿਟੀ ਸੈਂਟਰ ਲੈ ਕੇ ਖੁਸ਼ ਨਹੀਂ ਸੀ ਪਰ ਸਾਡੀ ਮਜਬੂਰੀ ਸੀ ਕਿਉਂਕਿ ਮਹੱਲੇ ਦੇ ਅੰਦਰ ਕਮਿਊਨਿਟੀ ਸੈਂਟਰ ਬਣੂਗਾ ਤੇ ਉਹਦੇ ਤੇ ਗੱਡੀਆਂ ਦੇ ਆਉਣ ਜਾਣ ਨਾਲ ਪਾਰਕਿੰਗ ਸਮੱਸਿਆ ਪੈਦਾ ਹੋਊਗੀ ਜਿੱਦਾਂ ਸੰਧੂ ਸਾਹਿਬ ਨੇ ਦੱਸਿਆ ਵੀ ਡੀਜੇ ਦੀ ਦੇਰ ਰਾਤ ਗੀਤ ਸੰਗੀਤ ਦੀ ਫਿਰ ਜਿਹੜਾ ਫੰਕਸ਼ਨਾਂ ਦਾ ਡਸੋ ਜੇ ਲਾ ਬੇਸਟ ਖਾਣਾ ਕਈ ਤਰ੍ਹਾਂ ਦੀਆਂ ਪ੍ਰੋਬਲਮ ਬਹੁਤ ਅਨੇਕਾਂ ਪ੍ਰੋਬਲਮਸ ਆਉਣੀਆਂ ਸੀ ਸੋ ਸਾਨੂੰ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਰਹੇ ਉਹਨਾਂ ਨੇ ਸਾਨੂੰ ਇਹ ਜਗ੍ਹਾ ਲੋਕੇਟ ਕਰਕੇ ਦਿੱਤੀ ਚੇਅਰਮੈਨ ਸਾਹਿਬ ਨੇ ਆਪਣੇ ਇੰਪਰੂਵਮੈਂਟ ਟਰਸ ਦੇ ਰਮਨਵਾਲਾ ਸੋਹ ਥਰੀ ਸਾਈਡ ਓਪਨ ਜਗਾ ਅੱਗੇ 80 ਫੁੱਟ ਰੋਡ ਆ ਇਹ ਆ ਪਿੱਛੇ 70 ਫੁੱਟ ਰੋਡ ਆ ਸਾਈਡ ਤੇ ਵੀ 60 ਫੁੱਟ ਰੋਡ ਆ ਸੋ ਮਹੱਲੇ ਤੋਂ ਬਾਹਰ ਆ ਰਹਿੈਸ਼ੀ ਬਸੋਂ ਤੋਂ ਬਾਹਰ ਆ ਰਹਿੈਸ਼ੀ ਬਸੋਂ ਦੇ ਵਿੱਚ ਕੋਈ ਸਕੂਲ ਹੋਵੇ ਕੋਈ ਕਮਿਊਨਿਟੀ ਸੈਂਟਰ ਹੋਵੇ ਐਦਾਂ ਦੀ ਕੋਈ ਵੀ ਚੀਜ਼ ਹੋਵੇ ਹਮੇਸ਼ਾ ਸਮੱਸਿਆ ਦਿੰਦੀ ਆ ਸੋ ਸਾਹਮਣੇ ਮਾਰਕੀਟ ਆ ਮਾਰਕੀਟ ਦੀ ਪਾਰਕਿੰਗ ਆ ਨਾ ਤਾਂ ਇੱਥੇ ਸਾਨੂੰ ਕੋਈ ਪਾਰਕਿੰਗ ਦੀ ਸਮੱਸਿਆ ਨਾ ਸਾਨੂੰ ਐਦਾਂ ਦੀ ਕੋਈ ਸਮੱਸਿਆ ਕਿ ਮਹੱਲੇ ਦੀ ਰਹਿੈਸ਼ ਰਹਿੈਸ਼ਾ ਜਿਹੜੀ ਉਹ ਦਸਤਾ ਰਹੋ ਸੋ ਕੁਝ ਲੋਕ ਇਸ ਚੀਜ਼ ਨੂੰ ਤਾਰ ਪਿੱਡੋ ਕਰਨ ਲਈ ਇਹਦੇ ਤੇ ਇੱਕ ਘਟਿਆ ਲੈਵਲ ਦੀ ਸਿਆਸਤ ਕਰ ਰਹੇ ਸੀ ਸੋ ਉਪਮਾਨਯੋਗ ਲੀਡਰ ਨੇ ਸਿਆਸਤ ਕਰਨੀ ਚਾਹੀਦੀ ਹੈ ਸਿਆਸਤ ਕਰੋ ਪਰ ਅਸਾਰੂ ਸੋਚ ਨੂੰ ਲੈ ਕੇ ਸਿਆਸਤ ਕਰੋ ਲੋਕਾਂ ਦੇ ਕੰਮਾਂ ਨੂੰ ਡਿਵੈਲਪ ਕਰਨ ਦੀ ਸਿਆਸਤ ਕਰੋ ਨਾ ਕਿ ਕੰਮ ਰੋਕ ਕੇ ਆਪਣਾ ਨਾਂ ਅਖਬਾਰਾਂ ਚਲਾਉਣ ਦੀ ਤੇ ਆਪਣਾ ਲੀਡਰੀ ਚਮਕਾਉਣ ਦੀ ਨਾ ਕੋਸ਼ਿਸ਼ ਕਰੋ ਉਹ ਪੋਜ਼ਿਟਿਵ ਜੈ ਨੈਗੇਟਿਵ ਹੁੰਦੀ ਹੈ ਸੋ ਅਸੀਂ ਸਾਡੇ ਮੰਤਰੀ ਸਾਹਿਬ ਕੈਬਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਚੇਅਰਮੈਨ ਰਵਣਵਾਲਾ ਸੋਰਾਮਨੀਅਮ ਜੀ ਜਿਨ੍ਹਾਂ ਨੇ ਉਹ ਜੋ ਸਟੇ ਲਈ ਸੀ ਇਹਨਾਂ ਨੇ ਉਹ ਸਟੇ ਲਈ ਬੜੇ ਟੈਕਨੀਕਲ ਤਰੀਕੇ ਨਾਲ ਲੜੇ ਨੇ ਔਰ ਅੱਜ ਮਾਨਯੋਗ ਅਦਾਲਤ ਨੇ ਸਟੇ ਵਕੇਟ ਕੀਤਾ ਵਕੇਟ ਕਰਕੇ ਸਾਡੇ ਹੱਕ ਜੀਤਤਾ ਇਹਦੀ ਡਵੈਲਪਮੈਂਟਰੀ ਰਾਹ ਖੁੱਲਿਆ ਤੇ ਸਾਡੇ ਕਾਉਂਸਲ ਬਲਜਿੰਦਰ ਸੰਧੂ ਜੀ ਸੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਮੁਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਆਂ ਵਧਾਈ ਦੇ ਪਾਤਰ ਨੇ ਸਾਰਿਆਂ ਨੂੰ ਰਲ ਮਿਲ ਕੇ ਇਹਨੂੰ ਡਵੈਲਪਮੈਂਟ ਨੂੰ ਅੱਗੇ ਲੈ ਜਾਣਾ ਚਾਹੀਦਾ ਪਿੱਛੇ ਨਹੀਂ ਖਿੱਚਣਾ ਚਾਹੀਦਾ ਸੋ ਸਾਰਿਆਂ ਦਾ ਤਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਫੰਡ ਵਗੈਰਾ ਵੀ ਆ ਗਿਆ ਜਿਹੜਾ ਜਿਸ ਤਰ੍ਹਾਂ ਹੁਣ ਸਾਡੇ 1450 ਗਜਾਂ 1450 ਪੈਣਗਾ ਜਗ੍ਹਾ ਮਿਲਿਆ ਉਹਦੇ ਵਾਸਤੇ ਜਿਹੜਾ ਬਣਾਉਣਾ ਸਰ ਹਾਂ ਉਹ ਇਹ ਤੋਂ ਬਾਅਦ ਜਦੋਂ ਸਾਰੇ ਸਾਡਾ ਕੰਪਲੀਟ ਹੋ ਗਿਆ ਪ੍ਰੋਸੈਸ ਉਸ ਤੋਂ ਬਾਅਦ ਉਹਨੇ ਸਾਨੂੰ ਇਹ ਵਾਦਾ ਕੀਤਾ ਕਿ ਪੂਰੇ ਪੰਜਾਬ ਦੇ ਵਿੱਚੋਂ ਕੋਈ ਸਾਨੂੰ ਨਕਸ਼ਾ ਲਿਆ ਕੇ ਜਦੋਂ ਜਿਹੜਾ ਸਭ ਤੋਂ ਵਧੀਆ ਨਕਸ਼ਾ ਕਮਿਊਨਿਟੀ ਸੈਂਟਰ ਦਾ ਉਹ ਨਕਸ਼ਾ ਦਾ ਤੁਹਾਨੂੰ ਕਮਿਊਨਿਟੀ ਸੈਂਟਰ ਬਣਾ ਕੇ ਦੇਵਾਂਗੇ ਆ ਪਿਛਲੇ ਹਫਤੇ ਆਪਣੇ ਮੰਤਰੀ ਸਾਹਿਬ ਭਾਈ ਨਦੀਰ ਸਿੰਘ ਨਗਰ ਦੇ ਵਿੱਚ ਸੀਨੀਅਰ ਸਿਟੀਜ਼ਨ ਹੋਮ ਦਾ ਨੀਂਹ ਪੱਥਰ ਰੱਖ ਕੇ ਆਏ ਨੇ ਸੋ ਜਲਦ ਇਹਦਾ ਵੀ ਨੀਂਹ ਪੱਥਰ ਰੱਖਣਗੇ 50-55 ਲੱਖ ਦੇ ਫੰਡਾਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਇਹਨੇ ਫੰਡ ਲਾ ਕੇ ਤੁਹਾਨੂੰ ਡਵੈਲਪ ਕਰਕੇ ਬਣਾ ਕੇ ਦੇਵਾਂਗੇ ਕੈਮਰਾਮੈਨ ਸਲਮਾਨ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ ਸਿਟੀ ਹੋਮ ਨਿਊਜ਼